ਮੈਂ ਹੋਰ ਵੀ ਕਹਿਣਾ ਚਾਹੁੰਦਾ ਮੈਂ ਚੰਨੀ ਸਾਹਿਬ ਨੂੰ ਵਧਾਈ ਦਿੰਦੇ ਹੋ ਮੈਂ ਕਿਹਾ ਉਹਨਾਂ ਦੇ ਮੁੱਖ ਮੰਤਰੀ ਬਣ ਤੇ ਸਾਡਾ ਵੀ ਥੋੜਾ ਯੋਗਦਾਨ ਹੈ ਕਿਉਂਕਿ ਜਦੋਂ ਅਸੀਂ ਸ਼ੁਰੂਕਾ ਭਾਈਚਾਰੇ ਨੂੰ ਡਿਪਟੀ ਸੀ ਐਮ ਦਾ ਅਹੁਦਾ ਅਨਾਊਂਸ ਕੀਤਾ ਤੇ ਆਟੋਮੈਟਿਕਲੀ ਚੰਨੀ ਸਾਹਿਬ ਨੂੰ ਬਣਾਉਣਾ ਪਿਆ ਸੋ ਉਹ ਜਿਹੜਾ ਹੈਗਾ ਤੇ ਇਸ ਕਰਕੇ ਚੰਨੀ ਸਾਹਿਬ ਨੂੰ ਬੇਨਤੀ ਕਰਦਾ ਸਾਡਾ ਵੀ ਧੰਨਵਾਦ ਕਰਦਾ ਆਪਣੇ ਪਿੰਡਾਂ ਵਿੱਚ ਤੁਸੀਂ ਵਾਅਦੇ ਕੀਤੇ ਸੀ ਤੁਸੀਂ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਤੁਸੀਂ ਜਿਹੜੇ ਪੈਨਸ਼ਨ ਪੂਰੀ ਦੇਣ ਦਾ ਵਾਅਦਾ ਕੀਤਾ ਸੀ ਤੁਸੀਂ ਕਰਜ਼ੇ ਮਾਫੀ ਦਾ ਵਾਅਦਾ ਕੀਤਾ ਸੀ ਉਹ ਵਾਅਦਿਆਂ ਤਰਫ ਧਿਆਨ ਦਿਓ ਕਿ ਕਿਵੇਂ ਅਸੀਂ ਪੂਰਾ ਕਰ ਸਕਦੇ ਹਾਂ ਐਂ ਸਟੇਟਮੈਂਟਾਂ ਦੇਣੀਆਂ ਅਸੀਂ ਅਕਾਲੀਆਂ ਨੂੰ ਅੰਦਰ ਕਰ ਦਾਂਗੇ ਅਸੀਂ ਸਿਕਿਉਰਿਟੀ ਘਟਾ ਦਾਂਗੇ ਉਹ ਤਾਂ ਕਰਨਾ ਕਰ ਲਓ ਕੋਈ ਵੱਡੀ ਗੱਲ ਨਹੀਂ ਪਰ ਅਸਲੀ ਜਿਹੜਾ ਨਿਸ਼ਾਨਾ ਤੁਹਾਨੂੰ ਮੁੱਖ ਮੰਤਰੀ ਬਣਾਇਆ ਮੁੱਖ ਮੰਤਰੀ ਬਣਾਉਣ ਦਾ ਉਹ ਕੰਮ ਕਰੋ ਮੈਂ ਆਹੀ ਬੇਨਤੀ ਕਰਦਾ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਆਹ ਵੀ ਬੇਨਤੀ ਕਰਦਾ ਕਿ ਮੁੱਖ ਮੰਤਰੀ ਦੀ ਕੁਰਸੀ ਨੂੰ ਸਟੇਟਸ ਨਾਲ ਥੱਲੇ ਕਰਾਇਓ ਉਹਨਾਂ ਨੂੰ ਦੱਸ ਦਿਓ ਨਵਜੋਤ ਸਿੱਧੂ ਤੇ ਇਹਨਾਂ ਨੂੰ ਕਿ ਮੈਂ ਮੁੱਖ ਮੰਤਰੀ ਹਾਂ ਤੁਸੀਂ ਨਹੀਂ ਹੈ।